ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਹਰਮਨ ਗੁਰਮਾਵਾਲਾ। ਅੱਜ ਇੱਕ ਨਵਾਂ ਗੀਤ ਲੈ ਕੇ ਆਇਆ, ਸੁਣ ਕੇ ਦੱਸੋ ਕਿਵੇਂ ਲੱਗਿਆ। ਗਾਣਿਆਂ 'ਚ ਮੁੱਛਾਂ ਤੇ ਮਸੂਕਾਂ ਆ ਗਈਆਂ, ਜੱਟਾਂ ਦੇ ਆ ਹੱਥਾਂ 'ਚ ਬੰਦੂਖਾਂ ਆ ਗਈਆਂ, ਨਾਗਣੀ ਤੇ ਚਿੱਟੇ ਵਾਲੀ ਗੱਲ ਆਮ ਹੈ, ਇਸੇ ਗੱਲੋਂ ਹਰ ਮੁੰਡਾ ਬਦਨਾਮ ਹੈ, ਇਸੇ ਗੱਲੋਂ ਹਰ ਮੁੰਡਾ ਬਦਨਾਮ ਹੈ। ਬੱਤੀ ਬੋਰ ਕਹਿੰਦੇ ਹੁਣ ਬੰਦਿਆਂ 'ਚ ਬੋਲਦਾ, ਫਿਰ ਡੀਸੀਆਂ ਨੂੰ ਜੱਟ ਪੈਰਾਂ ਵਿੱਚ ਰੋਲਦਾ, ਹੋਇਆ ਬੈਲੀਆਂ ਦੇ ਮੁੰਡੇ ਨੂੰ ਪਿਆਰ ਮਾਰਦਾ, ਬਹਿ ਕੇ ਪੰਜ ਤਾਰਾ ਹੋਟਲ 'ਚ ਗੁੱਸਾ ਤਾਰਦਾ, ਪੰਜ ਤਾਰਾ ਹੋਟਲ 'ਚ ਗੁੱਸਾ ਤਾਰਦਾ। ਇੱਕਣੇ ਤਾਂ ਆਸ਼ਕੀ 'ਚ ਜਮਾ ਅੱਤ ਚੱਕ ਲਈ, ਟਿਊਸ਼ਨ 'ਤੇ ਆਉਂਦੀ ਘਰੇ ਕੁੜੀ ਉੱਤੇ ਅੱਖ ਰੱਖ ਲਈ, ਗੱਡੀਆਂ ਦੀ ਗੱਲ ਉੱਚੇ ਪਾ ਖਾ ਗਈ, ਬਿਮਰ ਤੇ ਔਡੀ ਜੈਗੁਆਰ ਆ ਗਈ, ਬਿਮਰ ਤੇ ਔਡੀ ਜੈਗੁਆਰ ਆ ਗਈ। ਯਾਰੋ ਚੰਡੀਗੜ੍ਹ ਵਾਲੀ ਅੱਗੇ ਹੱਥ ਖੜੇ ਨੇ, ਅਖੇ ਮਹਿੰਗੀ ਪੈਂਦੀ ਆਸ਼ਕੀ ਜੀ ਖੰਭ ਚੜੇ ਨੇ, ਛੜਿਆਂ ਦੀ ਗਲੀ ਦਾ ਵੀ ਨਵਾਂ ਪੰਗਾ ਏ, ਨਾ ਹੀ ਕੋਈ ਲੰਘੇ ਉੱਥੋਂ ਵਾਲਾ ਚੰਗਾ ਏ, ਨਾ ਹੀ ਕੋਈ ਲੰਘੀ ਉੱਥੋਂ ਵਾਲਾ ਚੰਗਾ ਏ। ਨਿੱਤ ਹੀ ਤਰੀਕ ਪਵੇ ਬੈਲੀ ਯਾਰ ਦੀ, ਫਿਰੇ ਪੁੱਤਰੀ ਮੰਡੀਰ ਲਲਕਾਰੇ ਮਾਰਦੀ, ਖੇਤਾਂ ਵਿੱਚ ਰੁਲਦੇ ਪਲੇਖ ਮਿੱਤਰਾ, ਕੀ ਜੱਟਵਾਦ ਹੁੰਦਾ ਜਾ ਕੇ ਦੇਖ ਮਿੱਤਰਾ, ਕੀ ਜੱਟਵਾਦ ਹੁੰਦਾ ਜਾ ਕੇ ਦੇਖ ਮਿੱਤਰਾ। ਪਹਿਲੇ ਸਫ਼ੇ ਪੜ੍ਹੀ ਤੂੰ ਬਰਾੜਾ ਕਦੇ ਅਖਬਾਰ ਚੱਕ ਕੇ, ਅੱਜ ਫਿਰ ਇੱਕ ਜੱਟ ਮਰਿਆ ਹਾਲਾਤੋਂ ਅੱਕ ਕੇ, ਜੀ ਆ ਗਾਣਿਆਂ 'ਚ ਹੋਰ ਕੀ ਪੰਜਾਬ ਦਿਸਦਾ, ਦੱਸੋ ਗਾਉਣ ਲਿਖਣ ਵਾਲੇ ਵੀਰ ਉਹ ਕਸੂਰ ਕਿਸ ਦਾ, ਦੱਸੋ ਗਾਉਣ ਲਿਖਣ ਵਾਲੇ ਵੀਰ ਉਹ ਕਸੂਰ ਕਿਸ ਦਾ। ਜੇ ਚੰਗਾ ਲੱਗਾ ਸ਼ੇਅਰ ਜ਼ਰੂਰ ਕਰ ਦਿਓ ਜੀ।